ਸੌਦਾ ਸਾਦੇ ਬਾਹਰ ਆ ਰਿਹਾ ਹੈ 25 ਜਨਵਰੀ ਨੂੰ ਮੈਂ ਤੇ ਕਹਿ ਰਿਹਾ ਤੁਹਾਨੂੰ ਆ ਰਿਹਾ ਹੋ ਆ ਰਿਹਾ ਇਕ ਨਾ ਉਹ ਜਿਹੜਾ ਸੁਣਿਆ ਹੋਣਾ ਤੁਸੀਂ ਨੈਟਫਲਿਕਸ ਤੇ ਹੁਣ ਤੋਂ ਸੀਰੀਜ਼ ਵੀ ਉਹਦੀ ਚੱਲਦੀ ਆ ਪਾਬਲੋ ਐਸਕੋਬਾਰ ਜੀ ਸੁਣਿਆ ਨਾ ਜੀ ਉਹਦੀ ਜੀਵਨੀ ਹੁਣ ਪੜੋਗੇ ਤੁਸੀਂ ਤੇ ਬੜੀ ਬੜੀ ਕਿਉਂਕਿ ਇੰਨਾ ਲੋਕਾਂ ਦੀ ਵੀ ਜ਼ਿੰਦਗੀ ਪੜ੍ਹਣੀ ਚਾਹੀਦੀ ਆ ਜੀ ਕਿਦਾਂ ਕੀ ਸਾਰਾ ਕੁਝ ਹੋਇਆ ਅੱਛਾ ਚਲੋ ਮੈਂ ਫਿਲਮਾਂ ਫਿਲਮਾਂ ਤਾਂ ਨਹੀਂ ਉਹਦੀਆਂ ਵੇਖੀਆਂ ਪੜ੍ਹਿਆ ਉਹਦੇ ਬਾਰੇ ਜਦੋਂ ਫਸ ਗਿਆ ਫਸ ਗਿਆ ਤੇ ਹੁਣ ਕਰਪਟ ਬੰਦੇ ਤੇ ਥਾਂ ਥਾਂ ਤੇ ਹੁੰਦੇ ਆ ਜੀ ਉਹਨੇ ਆਪਣੀ ਸਰਕਾਰ ਨੂੰ ਕਿਹਾ ਕਹਿੰਦਾ ਕਹਿੰਦਾ ਕਿ ਇਦਾਂ ਕਰੋ ਮੈਂ ਰਹੂੰਗਾ ਤਾਂ ਜੇਲ੍ਹ ਦੇ ਵਿੱਚ ਹੀ ਅਮਰੀਕਾ ਦਾ ਦਬਾਅ ਬੜਾ ਸੀ ਨਾ ਅਮਰੀਕਾ ਨੂੰ ਤੇ ਉਹਨੇ ਖੱਜਲ ਭੜਾ ਰਾਜ ਕੇ ਕੀਤਾ ਹੈ ਤੇ ਕਹਿੰਦਾ ਵੀ ਇਦਾਂ ਕਰਦੇ ਆ ਰਹਿਣਾ ਤਾਂ ਜੇਲ੍ਹ ਚ ਹੀ ਆ ਨਾ ਮੈਂ ਵੀ ਜੇਲ੍ਹ ਆਪਾਂ ਨਵੀਂ ਬਣਾ ਲੈਨੇ ਤੇ ਕਹਿੰਦੇ ਕਿ ਸੈਵਨ ਸਟਾਰ ਵਰਗੀ ਜੇਲ੍ਹ ਬਣਾ ਦਿੱਤੀ ਸੀ ਉਹਨੇ ਆਪਣੇ ਵਾਸਤੇ ਜੀ ਵੀ ਆਪਣੇ ਮਜੇਦਿਆ ਕਰਤੀ ਮੈਂ ਉਹੀ ਕਹ ਰਿਹਾ ਕਿ ਸਰ ਸੇ ਉਰਾ ਥੋੜਾ ਜਿਹਾ ਆ ਕੇ ਡੱਬ ਵਾਲੀ ਤੋਂ ਏਟਲੇ ਪਾਸੇ ਨੂੰ ਆ ਕੇ ਇੱਥੇ ਕੁਝ 70 80 ਕਿਲੇ ਜ਼ਮੀਨ ਵੇਖੋ ਇਹ ਵੇਚਿਆਗਾ ਜਿਹੜਾ ਖੱਟਰ ਹੈ ਜੀ ਪੰਜ ਸਤ ਹੋਰ ਨੇ ਇਹ ਸਾਰੇ ਜ਼ਮੀਨ ਵੇਖਣ ਉਹਦੇ ਵਾਸਤੇ 70 80 ਕਿਲੇ ਉਨੀ ਉੱਤੇ ਤੇ ਉਨੀ ਧਰਤੀ ਦੇ ਥੱਲੇ ਉਹਨੂੰ ਜੇਲ ਬਣਾ ਦੇਣ ਇੱਥੇ ਜਿਹਦੇ ਚ ਹਨੀਪ੍ਰੀਤ ਵੀ ਆਵੇ ਜਾਵੇ ਜਿਹਦੇ ਚ ਹੋਰ ਵੀ ਮਤਲਬ ਕਿ ਸੰਗਤ ਜਿਹੜੀ ਵੀ ਜਾਣੀ ਚਾਹੁੰਦੀ ਹੈ ਉਹ ਜਾਵੇ ਜੀ ਵੀ ਤੁਸੀਂ ਨਾ ਦੀ ਉਹ ਜੇਲ ਰੱਖਣੀ ਹੈ ਨਾ ਫਿਰ ਅਲੱਗ ਤੋਂ ਇੱਕ ਜੇਲ ਬਣਾਓ ਜਿਹਦੇ ਵਿੱਚ ਇੱਕ ਸ਼ਾਨਦਾਰ ਸਟੂਡੀਓ ਹੋਵੇ ਉਹ ਫਿਲਮਾਂ ਦੀ ਸ਼ੂਟਿੰਗ ਕਰੇ ਫਿਲਮਾਂ ਦੀ ਵੀ ਬੜੀ ਮੰਗ ਹੈ ਨਾ ਪੰਜ ਸਤੋਂ YouTube ਤੇ ਗਾਣੇ ਸੁਟਿਆ ਕਰੇ ਜੀ ਤੇ ਕਿਹੜੀ ਹੁੰਦੀ ਆ ਮੈਨੂੰ ਨਾਂ ਨਹੀਂ ਆਉਂਦਾ ਇੰਸਟਾ ਜੀ ਇੰਸਟਾ ਤੇ ਵੀ ਉਹ ਲਾਈਵ ਹੋਇਆ ਕਰ ਹੀਲਾਂ ਹੀ ਪਾਉਂਦੇ ਨੇ ਹਾਂ ਜੀ ਜਿਵੇਂ ਸਾਡੇ ਮਾਨ ਸਾਹਿਬ ਦਾ ਘਰ 'ਚ ਇੱਕ ਸਟੂਡੀਓ ਬਣਾ ਰੱਖਿਆ ਵੀਡੀਓ ਪਾਉਣ ਵਾਸਤੇ ਮਤਲਬ ਕਿ ਇਦਾਂ ਦੀ ਇੱਕ ਜੇਲ ਅੱਡ ਤੋਂ ਬਣਾ ਦਿਓ ਜੀ ਕੰਮ ਹੀ ਨਿਭੜੇ ਸਿਆਪਾ ਹੀ ਨਿਭੜੇ ਅ ਜੂਨ ਤੋਂ ਲੈ ਕੇ ਹੁਣ ਤੱਕ ਕਿੰਨੇ ਮਹੀਨੇ ਹੋਏ ਨੇ 7-8 ਹੀ ਆ ਜੀ ਤੇ ਤੀਜੀ ਪਰੂ ਲਿਆ ਹਜ਼ੂਰ ਇੰਡੀਆ ਚ ਹਜ਼ਾਰਾਂ ਕੈਦੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਜ਼ਮਾਨਤ ਮਨਜ਼ੂਰ ਹੋਈ ਪਈ ਆ ਜ਼ਮਾਨਤ ਮਨਜ਼ੂਰ ਹੈ ਕੋਰਟ ਕਹਿੰਦਾ ਜਾਓ ਬੇਲ ਬੌਂਡ ਭਰੋ ਤੇ ਨਿਕਲ ਜਾਓ ਸਾਲਾਂ ਤੋਂ ਉਹ ਗਰੀਬ ਜੇਲ੍ਹਾਂ ਚ ਰੁੱਲ ਰਹੇ ਆ ਕੋਈ 5000 ਦੀ ਕੋਈ 10000 ਦੀ ਜ਼ਮਾਨਤ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਇੱਥੇ ਕਿਉਂਕਿ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਕਾਨੂੰਨ ਨੂੰ ਛਿੱਕੇ ਤੇ ਕਿਵੇਂ ਟੰਗਿਆ ਜਾ ਰਿਹਾ ਜੀ ਕਿ ਜਿਹੜਾ अपराधी ਹੈ ਉਹਦਾ ਪੈਰੋਲ ਮੰਗਣਾ ਹੱਕ ਹੈ ਤੇ ਜਿਨ੍ਹਾਂ ਨੇ ਪਰੋਲ ਮਨਜ਼ੂਰ ਕਰਨੀ ਹੈ ਉਹ ਅਪਰਾਧੀ ਦੇ ਪੈਰਾਂ ਦੇ ਵਿੱਚ ਐ ਸਿਸਟਮ ਤੇ ਬਸਾਹਾ ਇੱਥੇ ਗੱਲ ਮੁੱਕਦੀ ਹੈ ਉਹ ਤਾਂ 55 ਲੱਖ ਰੁਪਏ ਚੈੱਕ ਵੀ ਦੇਖਨ ਦੇ ਰਹੇ ਆ ਚੈੱਕ ਕਿਉਂ ਡੰਡਾਤਵੰਦਨਾ ਕਰਦੇ ਰਹੇ ਨੇ ਉਹ ਇਹ ਚੈੱਕ ਸੁੱਟ ਕੇ ਤੇ ਲੰਮੇ ਪੈ ਜਾਂਦੇ ਸੀ ਜਿਵੇਂ ਸਰਾਲ ਨਹੀਂ ਪਈ ਹੁੰਦੀ ਬਾਣ ਦੇ ਵਿੱਚ ਜੀ ਇਹ ਇਹ ਤੇ ਇਦਾਂ ਹੋ ਜਾਂਦੇ ਸਨ ਜੀ ਇਸੇ ਬਾਬਤ ਹੋਰ ਵੀ ਕਿ ਕਮੈਂਟ ਆ ਰਹੇ ਨੇ ਨਾਲ ਦੀਆਂ ਤੁਹਾਡੇ ਨੂੰ ਉਹ ਵੀ ਸਾਂਝੇ ਕਰ ਦਿੰਨੇ ਆ ਤਾਂ ਲੋਕ ਰਾਮ ਰਿਉ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਜੀ ਰੇਕੀ ਸੋਨ ਨੂੰ ਤਿਆਰ ਨੇ ਕਿ ਆ ਰਹੇ ਨੇ ਬਾਹਰ ਕੇ ਨਹੀਂ ਆ ਰਹੇ ਨਹੀਂ ਨਹੀਂ ਆ ਰਹੇ ਉਹ ਤੇ ਜੇਲ੍ਹ ਮੰਤਰੀ ਉਹ ਹੈਗਾ ਚੋਟਾਲਿਆਂ ਦਾ ਭਰਾ ਹੀ ਆ ਉਹ ਉਹ ਕਹਿੰਦਾ ਜੀ ਬਾਬਾ ਹੋਵੇ ਫਲਾਣਾ ਹੋਵੇ ਸਾਡੇ ਕੋਲ ਤੇ ਜਿਹੜੀ ਜ਼ਮਾਨਤ ਆਈ ਵਿਚਾਰ ਲਵਾਂਗੇ ਅਸੀਂ ਪੈਰੋਲ ਜਿਹੜੀ ਵੀ ਆਈ ਵਿਚਾਰ ਲਵਾਂਗੇ ਕਾਨੂੰਨ ਆਪਣੇ ਹਿਸਾਬ ਸੇ ਕੰਮ ਕਰ ਰਹਾ ਹੈ ਇਹ ਡਾਇਲੋਗ ਦੁਨੀਆ ਚ ਸਿਆਸਤ ਦੇ ਅੰਦਰ ਖਾਸ ਤੌਰ ਤੇ ਭਾਰਤੀ ਸਿਆਸਤ ਦੇ ਅੰਦਰ ਵਰਤਿਆ ਜਾਣ ਵਾਲਾ ਸਭ ਤੋਂ ਸਭ ਤੋਂ ਕਹਿ ਲੋ ਕਿ ਜ਼ਿਆਦਾ ਵਰਤਿਆ ਜਾਣ ਵਾਲਾ ਇਹ ਡਾਇਲੋਗ ਆ ਤੇ ਇਸ ਡਾਇਲੋਗ ਦੇ ਪਿੱਛੇ ਸਭ ਤੋਂ ਕਹਿ ਲੋ ਕਿ ਘਟਿਆ ਖੇਡ ਛੁਪੀ ਹੁੰਦੀ ਆ ਜੀ ਕਾਨੂੰਨ ਆਪਣੇ ਹਿਸਾਬ ਸੇ ਕੰਮ ਕਰ ਰਹਾ ਹੈ